ਪਾਈ ਨੂੰ ਪੁੱਛ ਲਓ 25 ਨੰਬਰੀ ਵਾਲੀ ਕਹਾਣੀ ਸਾਰੀ ਕਲੀਅਰ ਕਰ ਦੋ ਤੁਹਾਡੇ ਸਾਹਮਣੇ। ਅੰਮ੍ਰਿਤਪਾਲ ਕੋਲੇ ਰਿਕਾਰਡਿੰਗਾਂ ਨੇ 25 ਨੰਬਰੀ ਵਾਲੀ ਦੀਆਂ। ਬਾਈ ਅੰਮ੍ਰਿਤਪਾਲ ਕੋਲੇ ਰਿਕਾਰਡਿੰਗਾਂ ਨੇ, ਉਹ ਆ ਕੇ ਬਹਿਮ ਕਰੂਗਾ। ਸਰਦਾਰ ਚਿੱਟਾ ਸਿੰਘ ਹਵਾਲਾ ਅਮਰੇ, ਸਾਡਾ ਵੱਡਾ ਭਾਈ ਅੰਮ੍ਰਿਤਪਾਲ, ਸਾਡਾ ਕਿੱਡਾ ਏਰੀਆ ਬੈਠਾ ਇਹ ਸਾਰਾ ਅੰਮ੍ਰਿਤਪਾਲ ਦੇ ਦੀਪ ਸਿੱਧੂ ਦਾ ਬਚਾਇਆ ਹੋਇਆ। ਹੋਰ ਇਹ ਦੂਤੇ ਕੀ ਹੋ, ਸਾਡਾ ਕਿੰਨੇ ਮਾਨਸਾ ਚ ਕਿੰਨੇ ਜਵਾਰ ਕਿਆ ਬਲਾਡਾ ਬੋਹਾ ਰਤੀਆ ਸਾਰਾ ਏਰੀਆ ਸਾਡਾ ਯਾਰ ਬੁਰਾ ਤਰ੍ਹਾਂ ਗਰਕ ਗਿਆ ਸੀ। ਮੈਨੂੰ ਇਹ ਏਰੀਏ ਬਾਰੇ ਬਾਹਰ ਨਹੀਂ ਪਤਾ। ਤੂੰ ਸੁਣਦੇ ਹੁੰਦੇ ਸੀ ਮਾਝੇ ਦੇ ਮਜੈਲ, ਜਾਂ ਗੱਡੀਆਂ ਤੇ ਚੜ੍ਹ ਕੇ ਓਡੀਆਂ ਤੇ ਫੋਟੋਆਂ ਖਿਚਾਉਣ ਵਾਲੇ, ਜਾਂ ਇੱਧਰ ਬਿਹਤਰ, ਚਲੋ ਮਿਹਣਾ ਨਹੀਂ ਮਾਰਦਾ ਪੰਥ ਕਿਸੇ ਨੂੰ, ਫਿਰ ਵੀ ਕਹਿਣ ਦਾ ਫਰਜ਼ ਆ ਵੀ ਬਾਈ ਸ਼੍ਰੀ ਗੁਰੂ ਰਾਮਦਾਸ ਦੀ ਧਰਤੀ ਤੇ ਆਪਾਂ ਖੜੇ ਹਾਂ। ਐਦੂ ਪਵਿੱਤਰ ਧਰਤੀ ਕੋਈ ਹੋਣੀ ਨਹੀਂ ਜੱਗ ਤੇ। ਇੱਥੇ ਕਿਸੇ ਦੀ ਨਿੰਦਿਆ, ਚੁਗਲੀ, ਕਿਸੇ ਲਈ ਬਰਿਆਈ, ਕਿਸੇ ਲਈ ਮਾੜਾ ਬੋਲਣਾ ਕਈ ਪੀੜ੍ਹੀਆਂ ਦੁੱਖ ਦਿੰਦਾ। ਕਈ ਪੀੜ੍ਹੀਆਂ ਕਿਸੇ ਦਾ ਮਾੜਾ ਵੀ ਕਰਨਾ ਹੋਵੇ, ਸੋਚਣਾ ਹੋਵੇ, ਅਸੀਂ ਰਾਹ ਤੇ ਚੱਲੇ ਹਾਂ ਇਕੱਲੇ ਨਸ਼ੇ ਵਾਲੇ ਨੇ, ਨਸ਼ੇ ਵਾਲੇ ਰਾਹ ਤੇ ਚੱਲਦੇ ਹਾਂ ਅਸੀਂ। ਕੋਈ ਗਲਤੀ ਅੱਜ ਤੱਕ ਕਰੀ ਨਹੀਂ ਕਿਸੇ ਦੇ, ਪੈਸੇ ਦੇ ਰਵੇਦਾਰ ਨਹੀਂ, ਨਾ ਕਿਸੇ ਤੋਂ ਮੰਗਿਆ ਤੇ ਨਾ ਹੀ ਲੈਣਾ ਹੈ। ਸਿੱਧੀ ਸਾਫ ਜੀ ਗੱਲ ਹੈ, ਸਿੱਖੀ ਸਾਡੇ ਦਿਲ ਚ ਹੈ, ਸਾਡੇ ਤਿੰਨ ਪੀੜ੍ਹੀਆਂ ਤੋਂ ਸਿੱਖੀ ਹੈ। ਨਾ ਸਾਡੇ ਘਰੇ ਕਦੇ ਕੋਈ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਗੱਲ ਹੋਈ ਹੈ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ, ਨਾ ਹੀ ਹੋਣੀ ਹੈ। ਨਾ ਸਾਡੇ ਕੋਈ ਪੁੱਛਣ ਨਾਲ ਖੜਦਾ, ਨਾ ਖੜਨ ਦਈਏ, ਨਾ ਬੂਹੇ ਤੇ ਚੜ੍ਹਨ ਦਈਏ। ਸੁੱਕੀ ਲਿਪਸਟਿਕ ਪਾਊਡਰ ਪਿੰਡੀਆਂ ਤਾਂ ਦੂਰ ਹੀ ਹੈ। ਸੋ ਬਾਈ ਗੱਲ ਮੈਂ ਆਉਣਾ ਮੇਨ ਮੁੱਦੇ ਤੇ। ਹੁਣ ਬੰਦੇ ਆਪਣੇ ਭੁੱਖ ਹੜਤਾਲ ਤੇ ਬੈਠੇ ਨੇ, ਪਰਿਵਾਰ ਭੁੱਖ ਹੜਤਾਲ ਤੇ ਬੈਠਾ, ਬਾਰੇ ਬੰਦੇ ਕਹੀ ਜਾਂਦੇ ਨੇ ਭੁੱਖ ਹੜਤਾਲ, ਭੁੱਖ ਹੜਤਾਲ। ਬਾਈ ਜੇਲ੍ਹ ਚ ਹਥਿਆਰੀ ਭੁੱਖ ਹੜਤਾਲ ਹੈ, ਹੋਰ ਕੀ ਕਰੇ ਅਗਲਾ। ਤੇ ਹੁਣ ਕੋਈ ਉਹਨੇ ਬੋਲਣ ਵਾਲੇ ਬੰਦਾ ਉਹਦੇ ਭਾਣੇ ਹੋਰੀ ਕਿਹਾ ਗੱਲ ਕਰਾਈ, ਉਹ ਆ ਗਏ ਵਿਚਾਰੇ ਬੋਲਣ। ਤਾਂ ਕੁਛ ਕੁ ਸਰਕਾਰ ਨੇ ਪੈਸੇ ਦੇ ਕੇ ਬੋਲਣ ਲਾਏ ਹੋਏ ਫੇਸਬੁੱਕਾਂ ਯੂਟਿਊਬਾਂ ਦੇ ਬੰਦੇ, ਉਹ ਕਿਉਂ ਆ ਗਏ ਉਰੇ, ਉਹ ਕਿਉਂ ਆ ਗਏ, ਕਿਉਂ ਭਾਈ? ਅਸੀਂ ਇੱਕ ਨਹੀਂ ਹੋ ਸਕਦੇ, ਸਾਡਾ ਇੱਕਾ ਨਹੀਂ, ਸਾਡਾ ਕੀ ਗੋਲੀ ਚੱਲੀ ਹੈ ਕਿਸੇ ਦੀ? ਉਹਨਾਂ ਦੀ ਭਰਾ ਨੇ ਉਹ ਪੰਜਾਬ ਖਾਤਰ ਬੋਲਦੇ ਨੇ, ਜੇ ਉਹ ਆ ਗਏ ਕਿਸੇ ਕੁਛ ਮਾੜਾ ਕਰਕੇ, 100 ਗੱਡੀ ਲੈ ਕੇ ਆਏ ਨੇ ਆਪਦੇ ਖਰਚੇ ਤੇ ਆਏ ਨੇ, ਕਿਸੇ ਤੋਂ ਕੁਛ ਲੈ ਕੇ ਨਹੀਂ ਆਏ। ਜੇ ਉਰੇ ਆ ਕੇ ਨੌਜਵਾਨ ਜਿਹੜੇ ਉਹਨਾਂ ਨੂੰ ਫੋਲੋ ਕਰਦੇ, ਉਹਨਾਂ ਦੇ ਨਾਲ ਦੇ ਜੁੜ ਕੇ, ਕਿੱਡੀ ਗੱਲ ਹੈ, ਬੰਦੇ ਤੋਂ ਚੱਲਦੇ ਤੋਂ ਜਾਂਦੇ ਜਾਂਦੇ 100 ਗਲਤੀਆਂ ਹੋ ਜਾਂਦੀਆਂ। ਹੁਣ ਬਾਈ ਮਨਦੀਪ ਸਿੱਧੂ ਬੈਠਾ ਹੋਊਗਾ ਉਰੇ, ਹੈਗਾ ਮਨਦੀਪ ਸਿੱਧੂ? ਉਹ ਬਾਈ ਨੂੰ ਪੁੱਛ ਲਓ 25 ਨੰਬਰੀ ਵਾਲੀ ਕਹਾਣੀ ਸਾਰੀ ਕਲੀਅਰ ਕਰ ਦੋ ਤੁਹਾਡੇ ਸਾਹਮਣੇ। ਅੰਮ੍ਰਿਤਪਾਲ ਕੋਲੇ ਰਿਕਾਰਡਿੰਗਾਂ ਨੇ 25 ਨੰਬਰੀ ਵਾਲੀ ਦੀਆਂ। ਬਾਈ ਅੰਮ੍ਰਿਤਪਾਲ ਕੋਲੇ ਰਿਕਾਰਡਿੰਗਾਂ ਨੇ, ਉਹ ਆ ਕੇ ਬਹਿਮ ਕਰੂਗਾ। ਸੋ ਸਾਡੀ ਜੁਗਨੂੰ ਨੇ, ਟਿੰਟਿਆਂ ਨੇ ਜੋ ਸਿੱਖ ਕੌਮ ਨੂੰ ਜਗਾਉਂਦੇ ਨੇ, ਥੋੜੇ ਥੋੜੇ ਚਿਰ ਬਾਅਦ ਫਲੈਸ਼ ਲੈਣਾ। ਜਗਤਾਰ ਸਿੰਘ ਹਵਾਰੇ ਦੀ ਗੱਲ ਕਿਉਂ ਨਹੀਂ ਕਰਦਾ ਕੋਈ? ਮੈਨੂੰ ਦੱਸੋ, ਸਾਡਾ ਜਥੇਦਾਰ ਸਰਬੱਤ ਖਾਲਸਾ ਦਾ ਜਗਤਾਰ ਸਿੰਘ ਹਵਾਰਾ, ਇੱਕ ਵਾਰ ਦੋਨੇ ਹੱਥ ਖੜੇ ਕਰਕੇ ਜਿਤਾਏ ਲਾ ਦੋ ਸਰਦਾਰ ਚਿੱਟਾ।